ਰਚਪਾਲ ਘਰ ਦੀ ਕਹਾਣੀ ਹੈ ਉਡਾਰੀ ਮਾਂ ਹਰ ਸਾਲ ਜਦੋਂ ਪੰਜਾਬ ਤੋਂ ਵਾਪਸ ਆਉਂਦੀ ਹੈ ਤੇ ਬੜੀ ਉਤਸੁਕਤਾ ਹੁੰਦੀ ਹੈ ਉੱਥੋਂ ਦੇ ਬਾਰੇ ਗੱਲਾਂ ਬਾਤਾਂ ਸੁਣਨ ਦੀ ਬੱਚਿਆਂ ਨੂੰ ਮਾਂ ਵੱਲੋਂ ਲਿਆਂਦੀਆਂ ਹੋਈਆਂ ਸੁਗਾਤਾਂ ਬਹੁਤ ਪਸੰਦ ਆਉਂਦੀਆਂ ਮੈਨੂੰ ਅਨਗੁਆਣ ਤੇ ਆਮ ਲੋਕਾਂ ਬਾਰੇ ਕਈ ਕੁਝ ਪੁੱਛਣਾ ਤੇ ਜਾਣਨਾ ਚੰਗਾ ਲੱਗਦਾ ਮਾਂ ਪਿੰਡ 'ਚ ਮਰ ਗਏ ਲੋਕਾਂ ਦਾ ਇੱਕ ਇੱਕ ਕਰਕੇ ਜ਼ਿਕਰ ਕਰਦੀ ਕਈ ਵਾਰ ਚਾਰ ਤੇ ਬਹੁਤੀ ਵਾਰ 6 ਮਹੀਨੇ ਲਈ ਹਰ ਸਾਲ ਮਾਂ ਦਾ ਪੰਜਾਬ ਜਾ ਕੇ ਰਹਿਣ ਨਾਲ ਉਸ ਕੋਲੋਂ ਬਹੁਤ ਕੁਝ ਇੱਥੇ ਬੈਠੇ ਪਤਾ ਲੱਗਦਾ ਰਹਿੰਦਾ। ਇਸ ਵਾਰ ਫੇਰ ਹਰ ਸਾਲ ਦੀ ਤਰ੍ਹਾਂ ਕੰਮ ਤੋਂ ਆ ਕੇ ਮਾਂ ਤੋਂ ਪਿੰਡ ਦੀਆਂ ਗੱਲਾਂ ਬਾਤਾਂ ਪੁੱਛਣੀਆਂ ਸ਼ੁਰੂ ਕੀਤੀਆਂ। ਮੈਂ ਕਿਹਾ ਮਾਂ ਐਤਕੀ ਕਿੰਨੇ ਕੁ ਪਿੰਡ 'ਚ ਕੁੜੀਆਂ ਦੇ ਵਿਆਹ ਹੋਏ। ਜਦੋਂ ਵੀ ਪਿੰਡ 'ਚ ਸਾਡੇ ਉੱਥੇ ਹੁੰਦੇ ਆ ਵਿਆਹ ਹੁੰਦਾ ਸੀ ਵਿਆਹ ਤੋਂ ਪਹਿਲਾਂ 7 ਦਿਨ ਕੁੜੀਆਂ ਨੂੰ ਗਾਉਣ ਲਈ ਬਿਠਾਇਆ ਜਾਂਦਾ। ਸਭ ਤੋਂ ਪਹਿਲਾਂ ਗੀਤ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਆਉਂਡ ਵੇ ਜਾਣਾ। ਗਾਇਆ ਜਾਣਾ ਮੈਨੂੰ ਗਾਉਣਾ ਤਾਂ ਭਾਵੇਂ ਨਹੀਂ ਸੀ ਆਉਂਦਾ ਪਰ ਮੈਂ ਇਹ ਗੀਤ ਜ਼ਰੂਰ ਸ਼ੁਰੂ ਕਰਵਾ ਦਿੰਦੀ ਇਸੇ ਲਈ ਮੈਨੂੰ ਕੁੜੀਆਂ ਦੇ ਵਿਆਹ ਤੇ ਗਾਉਣ ਲਈ ਜਾਣਾ ਮੁੰਡਿਆਂ ਦੇ ਵਿਆਹ ਨਾਲੋਂ ਚੰਗਾ ਜਿਹਾ ਲੱਗਦਾ ਉਂਝ ਜੇਕਰ ਕਈ ਵਾਰ ਮੈਂ ਨਾਂ ਵੀ ਵਿਆਹ ਤੇ ਗਾਉਣ ਜਾਂਦੀ ਤਾਂ ਮਾਂ ਇਹ ਕਹਿ ਕੇ ਬਦੋਬਦੀ ਭੇਜਦੀ ਕਿ ਕੱਲ ਨੂੰ ਤੇਰੇ ਕੋਣ ਆਏਗਾ ਨਾਲੇ ਪੁੱਤ ਕਿਸੇ ਦੇ ਨਾਂ ਜਾਈਏ ਤਾਂ ਲੋਕ ਸਮਝਦੇ ਆਕੜ ਕਰਦੇ ਐ ਤੇ ਸ਼ਰੀਕੇ ਭਾਈਚਾਰੇ ਨਾਲ ਹੀ ਰਲ ਕੇ ਚੰਗੇ ਲੱਗੀਦਾ ਵਿਆਹ ਆ ਕੇ ਪੁੱਛਦੀ ਐ ਮਾਂ ਨੇ ਠੰਡਾ ਜਿਹਾ ਹੌਕਾ ਲੈ ਕੇ ਕਿਆ ਦੇਬੇ ਦੀ ਕੁੜੀ ਦਾ ਵਿਆਹ ਸੀ ਕਹਿੰਦੇ ਬਾਹਰੋਂ ਜਰਮਨ ਚੋਂ ਮੁੰਡਾ ਗਿਆ ਸੀ ਤੜਕੇ ਉੱਠੇ ਕੁੜੀ ਤਿਆਰ ਕੀਤੀ ਸ਼ਹਿਰ ਬੈਂਕਕਟ ਹਾਲ 'ਚ ਵਿਆਹ ਕਰਾਇ ਮੈਂ ਇੱਕ ਦਿਨ ਪਹਿਲਾਂ ਜਾ ਕੇ ਸ਼ਗਨ ਦੇ ਆਈ ਸੀ ਕਿਤੇ ਜ਼ਰਾ ਵੀ ਵਿਆਹ ਵਾਲਾ ਘਰ ਨਹੀਂ ਸੀ ਲੱਗਦਾ ਨਾਲੇ ਹੁਣ ਵੀ ਆਪਣੇ ਦੇਸ਼ ਦੀਆਂ ਰਸਮਾਂ ਰਿਵਾਜ ਤਾਂ ਹੁਣ ਇੱਕ ਇੱਕ ਕਰਕੇ ਉਡਾਰੀ ਮਾਰ ਰਹੇ ਐ ਹੋਰ ਤਾਂ ਹੋਰ ਹੁਣ ਤਾਂ ਆਪਣੇ ਦੇਸ਼ ਦੀਆਂ ਚਿੜੀਆਂ ਵੀ ਉਡਾਰੀ ਮਾਰ ਗਈਆਂ ਸਭ ਚਿੜੀਆਂ ਉੱਡ ਗਈਆਂ ਤੇ ਕੁੜੀਆਂ ਨੂੰ ਚੈੱਕ ਕਰਕੇ ਮਾਰਨ ਵਾਲੇ ਵੀ ਥਾਂ-ਥਾਂ ਤੇ ਬੈਠੇ ਹਨ ਮਾਂ ਨੇ ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਫੇਰ ਕਹਿਣਾ ਸ਼ੁਰੂ ਕੀਤਾ ਦੇਖ ਨਾ ਆ ਸਾਡੇ ਗਵੰਢੀ ਬੀਰੇ ਦੀ ਬੋਟੀ ਨੇ ਦੋ ਕੁੜੀਆਂ ਤੋਂ ਬਾਅਦ ਤਿੰਨ ਵਾਰ ਸ਼ਹਿਰੋਂ ਚੈੱਕ ਕਰਵਾ ਕੇ ਕੁੜੀਆਂ ਖਤਮ ਕਰ ਛੱਡੀਆਂ ਰੱਬ ਦਾ ਸ਼ੁਕਰ ਮੈਨੂੰ ਚਿੰਤੋਂ ਨੇ ਦੱਸ ਦਿੱਤਾ ਮੈਂ ਉਹਦੇ ਘਰੋਂ ਜਾ ਕੇ ਕੁਝ ਖਾ ਪੀ ਨਹੀਂ ਲਿਆ ਕਿਤੇ ਤਾਂ ਮੈਂ ਉਹਦੇ ਵਿਹੜੇ ਤੱਕ ਨਹੀਂ ਬੜੀ ਉਨੇ ਮੈਨੂੰ ਕਈ ਸੁਨੇਹੇ ਭੇਜੇ ਵੀ ਕਿਹਾ ਵੀ ਇਸ ਵਾਰ ਚਾਚੀ ਦੀ ਆਕੜ ਹੋ ਗਈ ਹੈ ਮੇਰੇ ਘਰ ਤੱਕ ਨਹੀਂ ਆਈ ਗਈ ਤਾਂ ਮੈਂ ਪਿਛਲੇ ਸਾਲ ਵੀ ਨਹੀਂ ਸੀ ਉਦੋਂ ਤਾਂ ਚਲੋ ਮਾਂ ਮੈਂ ਬਿਮਾਰ ਹੋ ਗਈ ਸੀ ਫਿਰ ਹਾਰ ਕੇ ਉਹ ਆਪ ਹੀ ਮਿਲਣ ਆ ਗਈ ਮੈਂ ਤਾਂ ਸਾਫ਼ ਹੀ ਮੂੰਹ ਤੇ ਕਹਿ ਦਿੱਤਾ ਵੇ ਕੁੜੀਏ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਸੀ ਕਿ ਕੁੜੀ ਮਾਰ ਜਨੜੀ ਮਾਰ ਨਾਲ ਕੋਈ ਰੋਟੀ ਜਾਂ ਬਾਟੀ ਦੀ ਸਾਂਝ ਨਹੀਂ ਰੱਖਣੀ ਤੇ ਮੈਂ ਅਮਰਿਤ ਛੱਕੇ ਤੇਰੇ ਘਰ ਆ ਕੇ ਚਾਹ ਪਾਣੀ ਪੀਂਦੀ ਚੰਗੀ ਲੱਗਦੀ ਸੀ। ਮੇਰੀ ਗੱਲ ਸੁਣ ਕੇ ਉਹ ਕਿੰੋਂ ਰੋਣ ਲੱਗ ਪਈ ਤੇ ਕਹਿਣ ਲੱਗੀ, "ਦੇਖ ਚਾਚੀ ਜੇ ਦੋ ਇਹ ਤੇ ਤਿੰਨ ਹੋਰ ਜੰਮ ਪੈਂਦੀਆਂ ਮੈਂ ਇਹਨਾਂ ਨੂੰ ਕਿਵੇਂ ਵਿਆਹ ਦੀ? ਮੇਰੀ ਸੱਸ ਤੇ ਘਰ ਵਾਲੇ ਨੇ ਤਾਂ ਅੱਗੇ ਹੀ ਕਹਿ ਦਿੱਤਾ ਸੀ ਵੀ ਜੇ ਮੁੰਡਾ ਨਾ ਹੋਇਆ ਤਾਂ ਖੋਰੇ ਸਾਨੂੰ ਹੋਰ ਵਿਆਹ ਹੀ ਕਰਨਾ ਪਵੇ। ਦੱਸ ਮੈਂ ਕੀ ਕਰਦੀ?" ਮਾਂ ਨੇ ਇੱਕੋ ਸਾਹੇ ਪਸ਼ੂਦੀ ਕੁੜੀਆਂ ਜਨਮ ਤੋਂ ਪਹਿਲਾਂ ਮਾਰਨ ਦੀ ਕਥਾ ਕਹਿ ਸੁਣਾਈ। ਮਾਂ ਨੂੰ ਜਿਵੇਂ ਪਸ਼ੂ ਤੇ ਤਰਸ ਜਿਹਾ ਵੀ ਆ ਰਿਹਾ ਹੋਵੇ। ਉਹਨੇ ਫੇਰ ਕਹਿਣਾ ਸ਼ੁਰੂ ਕੀਤਾ। ਦੇਖ ਪਸ਼ੂ ਵਿਚਾਰੀ ਵੀ ਕੀ ਕਰੇ। ਉੱਥੇ ਤਾਂ ਹੁਣ ਦੇਖੋ ਦੇਖੀ ਲੱਖਾਂ ਕਰੋੜਾਂ ਲਾ ਕੇ ਵਿਆਹ ਸ਼ਹਿਰਾਂ 'ਚ ਬਣੇ ਬੈਂਕਟ ਹਾਲਾਂ 'ਚ ਕਰਦੇ ਨੇ। ਉੱਥੇ ਕੁੜੀ ਤਾਂ ਇੱਕ ਵਿਆਹ ਨਹੀਂ ਵੀ ਔਖੀ ਐ। ਇੰਗਲੈਂਡ, ਕੈਨੇਡਾ, ਅਮਰੀਕਾ ਤੋਂ ਗਏ ਲੋਕ ਲੱਖਾਂ ਰੁਪਏ ਦਾ ਦਾਜ ਤੇ ਕਾਰਾਂ ਮੰਗਦੇ ਐ। ਤੇ ਮੈਂ ਕਹੇ ਮਾਂ ਜੇਕਰ ਕੁੜੀਆਂ ਨੂੰ ਇੰਜੀ ਜੰਮਣ ਤੋਂ ਪਹਿਲੇ ਹੀ ਲੋਕ ਮਾਰਦੇ ਰਹੇ ਤੇ ਫਿਰ ਮੁੰਡਿਆਂ ਦੇ ਵਿਆਹ ਕਿਦੇ ਨਾਲ ਹੋਣਗੇ ਤੇ ਮਾਂ ਕਹਿਣ ਲੱਗੀ ਮੈਂ ਤਾਂ ਕਹਿੰਨੀ ਆ ਸਗੋਂ ਸਮਾਂ ਆਵੇ ਜਦੋਂ ਕੁੜੀਆਂ ਘਟ ਜਾਣ ਤੇ ਮੁੰਡਿਆਂ ਵਾਲੇ ਮਿੰਤਾ ਕਰਦੇ ਫਿਰਨ ਤੇ ਪੈਸੇ ਚੁੱਕੀ ਫਿਰਨ ਆਪਣੇ ਮੁੰਡੇ ਵਿਆਉਣ ਲਈ ਮੈਨੂੰ ਯਾਦ ਹੈ ਜਦੋਂ ਅਸੀਂ ਛੋਟੀਆਂ ਹੁੰਦੀਆਂ ਸੀ ਮੇਰੀ ਦਾਦੀ ਦੱਸਦੀ ਹੁੰਦੀ ਸੀ ਵੀ ਦੁਆਬੇ 'ਚ ਕੁੜੀਆਂ ਨੂੰ ਦੱਬਣ ਜਾਂ ਮੋਹਰਾ ਦੇ ਕੇ ਮਾਰਨ ਦਾ ਬਹੁਤ ਰਿਵਾਜ ਸੀ ਉੱਥੋਂ ਫੈਲਦਾ ਹੋਇਆ ਇਹ ਰਿਵਾਜ ਸਾਰੇ ਪੰਜਾਬ 'ਚ ਫੈਲ ਗਿਆ ਉਸ ਤੋਂ ਬਾਅਦ ਹਰ ਘਰ 'ਚ ਇੱਕ ਦੋ ਮੁੰਡੇ ਕੁਵਾਰੇ ਰਹਿ ਜਾਂਦੇ ਸਨ। ਜਦੋਂ ਕੋਨ ਦੀ ਉਮਰ ਵੱਜ ਜਾਂਦੀ ਤਾਂ ਉਹਨਾਂ ਨੂੰ ਛੜੇ ਕਿਹਾ ਜਾਣ ਲੱਗ ਪੈਂਦਾ। ਤੇ ਵਿਆਹਾਂ ਸਮੇਂ ਛੜਿਆਂ ਦੀਆਂ ਬੋਲੀਆਂ ਤੇ ਗੀਤ ਪ੍ਰਚਲਿਤ ਹੋ ਗਏ ਸਨ। ਕਿਉਂਕਿ ਘਰ-ਘਰ 'ਚ ਤਾਂ ਛੜਿਆਂ ਦਾ ਬੋਲਬਾਲਾ ਸੀ। ਛੜਿਆਂ ਦੀ ਜੂਨਪੂਰੀ ਹਲਵਾ ਕੇ ਰੋਟੀਆਂ ਪਕਾਉਣੀ ਆ। ਬੋਲੀ ਸੁਣ ਕੇ ਮਾਂ ਹੱਸ ਪਈ। ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਮਾਂ ਵੀ ਇੱਕ ਜੋਤਸੀ ਦੀ ਤਰ੍ਹਾਂ ਆਉਣ ਵਾਲੇ ਕਿਸੇ ਕਹਿਰ ਦੀ ਭਵਿੱਖਬਾਣੀ ਕਰ ਰਹੀ ਹੋਵੇ। ਤੇ ਲੈਸਣ ਜੋ ਚਿੜੀਆਂ ਹੁੰਦੀਆਂ ਸੀ ਮੇਰੇ ਪੁੱਛਣ ਤੋਂ ਪਹਿਲਾਂ ਹੀ ਮਾਂ ਨੇ ਚਿੜੀਆਂ ਦੀ ਕਥਾ ਸ਼ੁਰੂ ਕਰ ਦਿੱਤੀ ਮੈਂ ਤਾਂ ਪਹਿਲਾਂ ਹੀ ਮਾਂ ਨੂੰ ਟੋਕ ਕੇ ਚਿੜੀਆਂ ਬਾਰੇ ਸੁਣਨਾ ਚਾਹੁੰਦੀ ਸੀ ਕਿ ਚਿੜੀਆਂ ਨੂੰ ਕੀ ਹੋਇਆ ਮਾਂ ਨੇ ਕਹਿਣਾ ਸ਼ੁਰੂ ਕੀਤਾ ਦੇਖ ਕੁੜੀ ਆਪਣੇ ਖੂਤੇ ਟਾਲੀਆਂ ਖਾਲੀ ਪਈਆਂ ਹੋਈਆਂ ਨੇ ਕੋਈ ਚਿੜੀਆਂ ਦਾ ਆਲਣਾ ਲੱਭਿਆ ਵੀ ਨਹੀਂ ਲੱਭਦਾ ਤੈਨੂੰ ਯਾਦ ਹੈ ਜਦੋਂ ਮੈਂ ਸਵੇਰੇ ਸਵੇਰੇ ਦੁੱਧ ਰਿੜਕਦੀ ਹੁੰਦੀ ਸੀ ਤਾਂ ਕਿਵੇਂ ਚਿੜੀਆਂ ਚੈੱਕਦੀਆਂ ਹੁੰਦੀਆਂ ਸਨ ਕਾਰ ਚੱਲਣੇ ਪਏ ਹੁੰਦੇ ਸਨ ਮੈਂ ਤੈਨੂੰ ਕਹਿੰਦੀ ਹੁੰਦੀ ਸੀ ਉੜ ਜਾ ਕੁੜੀਏ ਹੁਣ ਤਾਂ ਚਿੜੀਆਂ ਵੀ ਜਾਗ ਪਈਆਂ ਨੇ ਤੇ ਹੁਣ ਤਾਂ ਉਹ ਸਦਾ ਦੀ ਨੀਂਦੇ ਸੌ ਰਹੀਆਂ ਹਨ ਮਾਂ ਨੇ ਕਹਿ ਕੇ ਇੱਕ ਹੌਕਾ ਜਿਹਾ ਲਿਆ ਮੈਂ ਸੁਣ ਕੇ ਜਿਵੇਂ ਸੁੰਨ ਜੀ ਹੋ ਗਈ ਹੁਆ ਮੇਰਾ ਚਿੜੀਆਂ ਨਾਲ ਬਹੁਤ ਲਗਾਵ ਸੀ ਮੇਰੇ ਮੂੰਹ ਚੋਂ ਅਚਾਨਕ ਨਿਕਲਿਆ ਫਿਰ ਕੁੜੀਆਂ ਤੇ ਚਿੜੀਆਂ ਦੋਵੇਂ ਉੱਡ ਗਈਆਂ ਮਾਂ ਕਹਿਣ ਲੱਗੀ ਹਾਂ ਦੋਹਾਂ ਨੇ ਉੱਡ ਜਾਣਾ ਇਹਨੇ ਨੂੰ ਬੱਚੇ ਮਾਂ ਦੀਆਂ ਲਿਆਂਦੀਆਂ ਚੀਜ਼ਾਂ ਫਰੋਲ ਕੇ ਬੈਠ ਗਏ ਮਾਂ ਉਹਨਾਂ ਨਾਲ ਰੁੱਝ ਗਈ ਮੇਰੇ ਸਿਰ 'ਚ ਜਿਵੇਂ ਅਤੀਤ ਦੀਆਂ ਯਾਦਾਂ ਦਾ ਇੱਕ ਥੋੜਾ ਜਿਹਾ ਵਜਾ ਹੋਵੇ ਮੈਂ ਸੋਫੇ ਤੇ ਇੱਕ ਪਾਸੇ ਯਾਦਾਂ ਦੀ ਪਟਾਰੀ ਖੋਲ ਕੇ ਬੈਠ ਗਈ ਕਾਲਜ ਪੜ੍ਹਦਿਆਂ ਸਮੇਂ ਅਕਸਰ ਜਦੋਂ ਪਿੰਡ ਆਉਣਾ ਹਮੇਸ਼ਾ ਘਰ ਦੇ ਕੰਮ ਤੋਂ ਕੰਨ ਜੇ ਘਤਰਾਉਣੇ ਦਾ ਮਾਂ ਨੂੰ ਕਹਿਣਾ ਮੈਂ ਖੇਤਾਂ 'ਚ ਢੇੜਾ ਮਾਰ ਆਉਣੀ ਆ ਤੇ ਨਾਲ ਹੀ ਕਿਤਾਬ ਲੈ ਜਾਣੀ ਟਾਲੀਆਂ ਦੇ heਠਾਂ ਮੰਜਾ ਢਾ ਲੈਣਾ ਤੇ ਕਿਤਾਬ ਪੜਨ ਬੈਠ ਜਾਣਾ ਮੈਨੂੰ ਟਾਲੀਆਂ ਤੇ ਪਾਈ ਚਿੜੀਆਂ ਦੇ ਆਲਣੇ ਬਹੁਤ ਚੰਗੇ ਲੱਗਨੇ ਇੱਕ ਦਿਨ ਹੀ ਕਾਲਣੇ ਚੋਇ ਇੱਕ ਚਿੜੀ ਦਾ ਬੋਟ ਮੇਰੀ ਮੰਜੀ ਤੇ ਡਿੱਗ ਪਿਆ। ਚਿੜੀ ਚੂਕਦੀ ਹੋਈ ਮੇਰੀ ਮੰਜੀ ਦੇ ਆਲੇ ਦੁਆਲੇ ਘੁੰਮਣ ਲੱਗੀ। ਮੈਂ ਮੰਜੀ ਛੱਡ ਕੇ ਭੱਜ ਗਈ ਤਾਂ ਕਿ ਚਿੜੀ ਆਪਣਾ ਬੋਟ ਚੁੱਕ ਕੇ ਵਾਪਸ ਆਲਣੇ ਚ ਰੱਖ ਲਵੇ। ਚਿੜੀ ਨੇ ਬਹੁਤ ਕੋਸ਼ਿਸ਼ ਕੀਤੀ। ਉਹ ਬੋਟ ਨੂੰ ਚੁੱਕ ਨਾ ਸਕੇ। ਮੈਂ ਸੋਚਿਆ ਮੈਂ ਹੀ ਚਿੜੀ ਦੇ ਬੋਟ ਨੂੰ ਦੁਬਾਰਾ ਆਲਣੇ ਚ ਰੱਖ ਦੇਵਾਂ। ਮੈਨੂੰ ਬੋਟ ਵੱਲ ਵੇਖ ਕੇ ਹਿਚਕਾਚਾਂਟ ਜੀ ਆ ਗਈ ਕਿਉਂਕਿ ਮੈਂ ਕਦੇ ਪਹਿਲਾਂ ਕਿਸੇ ਇੰਨੇ ਛੋਟੇ ਜਿਹੇ ਪੰਛੀ ਨੂੰ ਹੱਥ ਨਹੀਂ ਸੀ ਲਾਇਆ। ਮੈਂ ਖੇਤਾਂ 'ਚ ਮੱਝਾਂ ਚਾਰਦੇ ਸਾਡੇ ਨੌਕਰ ਦੇ ਮੁੰਡੇ ਪੱਪੂ ਨੂੰ ਆਵਾਜ਼ ਮਾਰੀ। ਉਹਨੇ ਆ ਕੇ ਛੱਟ ਬੋਟ ਚੁੱਕਿਆ ਤੇ ਦੁਬਾਰਾ ਲੈਣੇ 'ਚ ਰੱਖ ਦਿੱਤਾ। ਤੇ ਚਿੜੀ ਚੂਕਦੀ ਹੋਈ ਆਲਣੇ 'ਚ ਜਾ ਬੈਠੀ ਤੇ ਫਿਰ ਉਡਾਰੀ ਮਾਰ ਕੇ ਚਲੀ ਗਈ। ਸ਼ਾਇਦ ਆਪਣੇ ਬੋਟ ਲਈ ਚੋਗਾ ਚੁਗਣ ਚਲੀ ਗਈ ਹੋਵੇ। ਮੈਨੂੰ ਗੰਬੀਰ ਦੇਖ ਕੇ ਮਾਂ ਕਹਿਣ ਲੱਗੀ, ਤੂੰ ਕਿਹੜੀਆਂ ਸੋਚਾਂ ਸੋਚਣ ਲੱਗ ਪਈ ਐ? ਤੂੰ ਵੀ ਆਪਣਾ ਨਿੱਕ ਸੋ ਇਕੱਠਾ ਕਰ ਲੈ। ਨਾਲੇ ਦੇਖ ਲੈ ਕਿ ਤੇਰੇ ਸੂਟ ਪਸੰਦ ਵੀ ਹਨ। ਮੈਨੂੰ ਲੱਗਾ ਜਿਵੇਂ ਕਿਸੇ ਨੇ ਮੇਰਾ ਸੁਪਨਾ ਤੋੜ ਦਿੱਤਾ ਹੋਵੇ ਮੈਂ ਅੱਗੇ ਓਬੜਵਾਏ ਬੋਲੀ ਮਾਂ ਸੱਚੀ ਸਾਰੀਆਂ ਚਿੜੀਆਂ ਕਿਧਰੇ ਉਡਾਰੀ ਭਾਰ ਗਈਆਂ ਨੇ ਮਾਂ ਕਹਿਣ ਲੱਗੇ ਛੱਡ ਕੁੜੀਏ ਲੋਕ ਤਾਂ ਉੱਥੇ ਕਹਿੰਦੇ ਐ ਵੀ ਕੁਝ ਅਮੀਰਾਂ ਦੀਆਂ ਕੁੜੀਆਂ ਤੇ ਕੁਝ ਸੋਹਣੀਆਂ ਕੁੜੀਆਂ ਕੈਨੇਡਾ ਅਮਰੀਕਾ ਤੇ ਬਲੈਤ ਤੋਂ ਟਾਰੀ ਮਾਰ ਗਈਆਂ ਮੈਂ ਤਾਂ ਸੋਚਦੀ ਆਂ ਜੰਮਣ ਤੋਂ ਪਹਿਲਾਂ ਮਰਨ ਵਾਲੀਆਂ ਨੇ ਪਤਾ ਨਹੀਂ ਕਿਹੜੇ ਦੇਸ਼ ਉੱਡ ਜਾਣਾ ਤੇ ਚਿੜੀਆਂ ਵੀ ਪਤਾ ਨਹੀਂ ਕਿਧਰੇ ਉੱਡ ਗਈਆਂ ਹਨ ਹੋਰ ਤਾਂ ਹੋਰ ਉੱਥੇ ਤਾਂ ਇੱਲਾਂ ਤੇ ਕੰਮ ਵੀ ਕਿਧਰੇ ਉੱਡ ਗਏ ਹੁਣ ਤੇ ਅਸਮਾਨ ਵੀ ਇੱਲਾਂ ਤੋਂ ਬਿਨਾ ਸਖਣਾ ਸਖਣਾ ਲੱਗਦਾ ਬਨੇਰੇ ਤੇ ਕੰਮ ਵੀ ਨਹੀਂ ਬੋਲਦਾ ਨਾਲੇ ਤੂੰ ਕਿਹੜਾ ਕੰਮ ਬੋਲਦਾ ਸੁਣ ਸੁਣ ਕੇ ਕੋਠੇ ਚੜ੍ਹ ਕੇ ਹੁਣ ਆਪਣੇ ਮਾਮੇ ਦੀਆਂ ਕੁੜੀਆਂ ਨੂੰ ਦੇਖਣਾ ਮਾਂ ਇੱਕੋ ਸਾਹੇ ਕਈ ਕੁਝ ਕਹੀ ਜਾ ਰਹੀ ਸੀ ਕਿਉਂਕਿ ਉੱਥੇ ਹੁੰਦਿਆਂ ਮੈਂ ਤਵਾਰ ਨੂੰ ਛੁੱਟੀ ਵਾਲੇ ਦਿਨ ਕੰਮ ਬੋਲਣ ਤੇ ਆਪਣੇ ਮਾਮੇ ਦੀਆਂ ਕੁੜੀਆਂ ਦੇ ਆਉਣ ਦਾ ਰਾਹ ਕੋਠੇ ਚੜ੍ਹ ਕੇ ਵੇਖਦੀ ਹੁੰਦੀ ਸੀ ਮੈਂ ਕਿਹਾ ਮਾਂ ਹੁਣ ਪਰੌਣੇ ਆਉਣ ਤੋਂ ਪਹਿਲਾਂ ਉੱਥੇ ਕਾਵਾ ਵੀ ਨਹੀਂ ਗੁੰਦੇ ਮਾਂ ਕਹਿੰਦੀ ਨਹੀਂ ਕਾਮ ਬੋਲਦੇ ਨਹੀਂ ਪਰੌਣੇ ਅਚਾਨਕ ਆਉਂਦੇ ਨਹੀਂ ਸਭ ਕੁਝ ਉਡਾਰੀ ਮਾਰ ਗਿਆ ਉੱਥੇ ਵੀ ਹੁਣ ਪਹਿਲਾਂ ਹੀ ਫੋਨ ਕਰਕੇ ਦੱਸ ਦਿੰਦੇ ਐ ਮੈਂ ਕਿਹਾ ਤੇ ਫਿਰ ਗੀਤਾਂ ਦਾ ਕੀ ਬਣੋ ਜਿਹੜੀ ਚਿੜੀਆਂ ਤੇ ਕਾਵਾਵਾਂ ਬਾਰੇ ਲਿਖੇ ਹੋਏ ਸਨ ਮਾਂ ਕਹਿਣ ਲੱਗੀ ਹੁਣ ਮੋਇਆ ਗਾਉਂਦਾ ਚਿੜੀਆਂ ਗਾਵਾਂ ਵਾਲੇ ਗੀਤ ਹੁਣ ਤਾਂ ਨੰਗੇ ਨਾਚਾਂ ਨਾਲ ਨਵੀਂ ਤਰ੍ਹਾਂ ਦੇ ਗਾਣੇ ਜਿਹੜੇ ਸੁਣੇ ਵੀ ਨਹੀਂ ਜਾਂਦੇ ਬਣ ਗਏ ਆ ਹੁਣ ਤੱਕ ਕੋਈ ਇਹੋ ਜਿਹਾ ਗਾਣਾ ਲਿਖੇ ਸਭ ਕੁਝ ਗਿਆ ਮਾਰ ਉਡਾਰੀ ਕੁੜੀਆਂ ਨੇ ਮਰ ਜਾਣਾ ਚਿੜੀਆਂ ਨੇ ਉੱਡ ਜਾਣਾ ਫੇਰ ਕਦੇ ਨਹੀਂ ਮੁੜ ਕੇ ਆਉਣਾ ਉੱਡ ਗਏ ਕਾਂ ਤੇ ਉੱਡੀਆਂ ਇੱਲਾਂ ਕਿਸ ਨੇ ਕਰਨਾ ਉਹਨਾਂ ਦਾ ਗਿਲਾ ਮਾਂ ਨੂੰ ਸੁਣ ਕੇ ਮੈਂ ਹੱਸ ਕੇ ਕਿਹਾ ਮਾਂ ਤੂੰ ਤੇ ਹੁਣ ਗਾਣੇ ਲਿਖਿਆ ਕਰ ਤੇ ਮੈਨੂੰ ਇੰਜ ਲੱਗਾ ਜਿਵੇਂ ਮੇਰੀ ਉਦਾਸੀ ਵੀ ਪਲ ਭਰ ਲਈ ਕਿਧਰੇ ਉਡਾਰੀ ਮਾਰ ਗਈ ਹੋਵੇ ਧੰਨਵਾਦ